ਅਬਾਜੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਅਸੀਂ ਪਹੁੰਚਿਆ ਪਿੰਡ ਰਾਏਪੁਰ, ਇੱਥੇ ਗਗਨਦੀਪ ਸਿੰਘ ਦੇ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਆਵਾਜ਼ ਕੌਮ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਵੀ ਧੰਨਵਾਦ ਹੈ ਜੀ ਤੁਸੀਂ ਆਏ ਹੋ। ਇੱਕ ਮੈਂ ਸੁਣਿਆ ਸੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਸਪੈਸ਼ਲ, ਮੈਂ ਬਹੁਤ ਵਾਰ ਪਹਿਲਾਂ ਵੀ ਇਹੀ ਗੱਲ ਵਾਰ ਵਾਰ ਅਨਾਊਂਸ ਕਰਦੇ ਹਾਂ ਕਿ ਬਹੁਤ ਵੱਡੀ ਸ਼ਲਾਘਾਯੋਗ ਕਦਮ ਹੈ ਕਿ ਇੱਥੇ ਜਿਹੜਾ ਦੁੱਧ ਜਾਂਦਾ ਹੈ ਹਰ ਡੇ ਤੀਜੇ ਦਿਨ ਇੱਥੋਂ ਦੁੱਧ ਜਾਂਦਾ ਹੈ, ਉਹਦੇ ਬਾਰੇ ਜਾਣਕਾਰੀ ਦਿਓ। ਹਾਂ, ਦੁੱਧ ਇਕੱਠਾ ਕਰਦੇ ਜੀ ਮੁੰਡੇ ਪਿੰਡ 'ਚੋਂ ਅਤੇ ਉੱਥੇ ਮਤਲਬ ਕਿ ਡੈਰੀ ਡੂਰੀ 'ਚ ਪਾ ਕੇ ਉਹਨੂੰ ਇਕੱਠਾ ਕਰ ਲੈਂਦੇ। ਜਦੋਂ ਲੋੜ ਹੁੰਦੀ ਹੈ ਉਹ ਮੁੰਡਾ ਜਿਹੜਾ ਕੋਈ ਜਾਂਦਾ ਬੰਦਾ ਉਹਨੂੰ ਉਹ ਡਰੰਮ ਦੇ ਦਿੰਦੇ ਆ ਵੀ ਮਤਲਬ ਕਿ ਉਹ ਲੈ ਜਾਂਦੇ ਨਾਲ ਇਕੱਠਾ ਕਰਕੇ ਰੱਖ ਲੈਂਦੇ। ਜਾਂਦੇ ਕਿਵੇਂ ਡੇਲੀ? ਟ੍ਰੇਨ ਰਾਹੀਂ ਜਾਂਦੇ ਜੀ, ਬਸ ਤੋਂ ਟ੍ਰੇਨ ਰਾਹੀਂ ਜਾਂਦੇ। ਤੁਸੀਂ ਵੀ ਉੱਥੇ ਗਏ ਹੋਵੋਗੇ ਜਾਂ ਤੁਹਾਨੂੰ ਪਤਾ ਹੋਊਗਾ ਵੀ ਜਿਵੇਂ ਹੁਣ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਕਿਸਾਨੀ ਸੰਘਰਸ਼ ਜਿਹੜਾ ਮੱਠਾ ਪੈ ਗਿਆ, ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਕਿਵੇਂ ਕੀ ਹਾਲਾਤ ਨੇ ਹੁਣ ਉੱਥੋਂ? ਮੈਂ ਨਹੀਂ ਗਿਆ ਖੈਰ ਉੱਥੇ ਦਿੱਲੀ, ਮੇਰਾ ਜਾਣ ਦਾ ਟਾਈਮ ਨਹੀਂ, ਸਬੱਬ ਨਹੀਂ ਬਣਿਆ ਕਿਉਂਕਿ ਇਕੱਲਾ ਮੈਂ ਹੁਣ ਕਰਕੇ ਕੰਮ ਦੇ ਜ਼ਿਆਦਾ ਰਜੇ ਮੇਰੇ ਰਹਿੰਦੇ, ਮੈਂ ਇਕੱਲਾ। ਤੁਸੀਂ ਤੁਹਾਡਾ ਆਂਢੀ ਗੁਆਂਢੀ ਜਾਂਦੇ ਹੋਣਗੇ ਜਾਂ ਸੋਸ਼ਲ ਮੀਡੀਆ ਤੇ? ਕੋਈ ਮਤਲਬ ਕਿ ਦੱਸਦੇ ਆ ਮੁੰਡੇ ਉੱਥੇ ਇਕੱਠ, ਕੋਈ ਘਟਿਆ ਨਹੀਂ ਗਾ ਵੀ ਮਤਲਬ ਕਿ ਲੋਕ ਤਾਂ ਉੱਥੇ ਉਦੋਂ ਵੱਧ ਉਤਸ਼ਾਹਤ ਨੇ, ਸਾਡੀਆਂ ਮਾਤਾਵਾਂ ਵੀ ਬੈਠੀਆਂ 90-90 ਸਾਲ ਦੀਆਂ, ਵੀ ਇਹੋ ਜਿਹੀ ਕੋਈ ਗੱਲ ਨਹੀਂ। ਗੱਲ ਕਰ ਵੀ ਚਿੰਤਾ ਦਾ ਵਿਸ਼ਾ ਇਹ ਹੈ ਵੀ ਉੱਥੇ ਦੱਸਦੇ ਆ ਵੀ ਜਿਵੇਂ ਸਾਡੇ ਬਜ਼ੁਰਗ ਪੁਰਾਣੇ ਅਖਾਣ ਨੇ, ਸਾਡੇ ਬਜ਼ੁਰਗ ਸੱਥਾਂ 'ਚ ਕਹਿੰਦੇ ਆ ਵੀ ਸੁਣਦੇ ਆ, ਉਹ ਕਹਿੰਦੇ ਯਾਰ ਟੋਭੇ ਮੀਂਗਣ ਪੈ ਗਈ ਲੱਗਦੀ ਹੈ ਵੀ ਮਤਲਬ ਕਿ ਵੀ ਕੋਈ ਹੱਲ ਹੁੰਦਾ ਦਿਸਦਾ ਨਹੀਂ, ਵੀ ਨਾ ਤਾਂ ਕਿਸਾਨ ਆਪਦੀ ਹੱਟ ਸੱਟ ਰਹੇ ਹੈ ਅਤੇ ਨਾ ਸਰਕਾਰ ਕੋਈ ਝੁਕ ਰਹੀ ਹੈ ਵੀ ਇਹ ਟੋਭੇ ਮੀਂਗਣ ਵਾਲਾ ਕੰਮ ਹੈ, ਵੀ ਲੰਮੇ ਸਮੇਂ ਦਾ ਦੇਖੋ ਕਿੰਨਾ ਵੀ ਸਮਾਂ ਉੱਥੇ ਗੁਜ਼ਰ ਸਕਦਾ। ਅਤੇ ਸੋ ਕੋਈ ਕਿਸਾਨੀ ਸੰਘਰਸ਼ ਦਾ ਕੋਈ ਡਾਵਾਂਡੋਲ ਨਹੀਂ, ਲੋਕਾਂ 'ਚ ਜੋਸ਼ ਹੁੰਦਾ ਹੀ ਹੈ। ਤੁਹਾਨੂੰ ਕੀ ਲੱਗਦਾ ਵੀ ਕਿਵੇਂ ਕਿਸ ਤਰ੍ਹਾਂ ਹੱਲ ਹੋ ਸਾਰਾ, ਜਿਵੇਂ ਤੁਸੀਂ ਕਿਹਾ ਕੋਈ ਹੱਲ ਦਿਖ ਨਹੀਂ ਰਿਹਾ, ਤੁਹਾਨੂੰ ਆਪਣੇ ਮੁਤਾਬਕ ਕੀ ਲੱਗਦਾ ਵੀ ਕਿਸ ਤਰ੍ਹਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਜਾਂ ਕੀ ਹੋਣਾ ਚਾਹੀਦਾ? ਹੱਲ ਤਾਂ ਇਹੀ ਹੈ ਜੀ ਮਤਲਬ ਕਿ ਜੇ ਮਤਲਬ ਕਿ ਇਕੋਨੋਮਿਕ ਤੌਰ 'ਤੇ ਦੇਖਿਆ ਜਾਵੇ ਤਾਂ ਸਾਨੂੰ ਕਿਸਾਨਾਂ ਨੂੰ ਜਿਹੜੇ ਮਤਲਬ ਕਿ ਵੱਧ ਤੋਂ ਵੱਧ ਅਸੀਂ ਝਾੜ ਲਏ ਫਸਲਾਂ ਦੇ, ਉਹ ਕਿਤੇ ਨਾ ਕਿਤੇ ਹੁਣ ਸਾਨੂੰ ਇੰਝ ਲੱਗਦਾ ਵੀ ਉਹ ਸਾਨੂੰ ਸਾਡੇ ਬੈਨੀਫਿਟ 'ਚ ਨਹੀਂ ਸੀ, ਸਾਡੇ ਉਹ ਪੁੱਠਾ ਗੇੜ ਦੇ ਗਏ, ਉਹ ਸਾਨੂੰ ਨੁਕਸਾਨ ਕੀਤਾ ਉਹਨਾਂ ਨੇ। ਵੀ ਜੇ ਅਸੀਂ ਮਤਲਬ ਕਿ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ ਦੀ ਤੁਸੀਂ ਇਹ ਦੇਖੋ ਵੀ ਥੁੜ ਹੁੰਦੀ ਹੈ, ਜਿਹੜੀ ਚੀਜ਼ ਦੀ ਮਤਲਬ ਕਿ ਘੱਟ ਆ ਰਹੀ ਹੁੰਦੀ ਹੈ ਬਾਜ਼ਾਰ 'ਚ, ਉਹਦੀ ਕੀਮਤ ਆਟੋਮੈਟਿਕਲੀ ਪ੍ਰਾਈਸ ਉਹਦੀ ਉੱਚੀ ਚਲੀ ਜਾਂਦੀ ਹੈ। ਜੇ ਇਕਨੋਮਿਕਸ ਦੇ ਆਧਾਰ 'ਤੇ ਕਿਸਾਨਾਂ ਨੂੰ ਵੀ ਇਕਨੋਮਿਕਸ ਦੇ ਆਧਾਰ 'ਤੇ ਖੇਤੀ ਕਰਨੀ ਪੈਣੀ ਹੈ, ਕਿਉਂਕਿ ਜੇ 65 ਕਿੱਲੇ ਦੀ ਕਣਕ ਨਿਕਲੀ ਜਾਂ 70 ਦੀ ਨਿਕਲਿਆ ਉਹਦੇ ਨਾਲ ਕੋਈ ਜ਼ਿਆਦਾ ਲਾਭ ਨਹੀਂ ਹੋਣਾ, ਕਿਉਂਕਿ ਜਦੋਂ ਕਿਸੇ ਦੁਕਾਨਦਾਰ ਕੋਲ ਉਹਦੀ ਗਾਹਕ ਤੋਂ ਜ਼ਿਆਦਾ ਸਮਾਨ ਪਿਆ ਤਾਂ ਉਹਨੂੰ ਕੋਈ ਜ਼ਿਆਦਾ ਲਾਭ ਨਹੀਂ ਹੁੰਦਾ, ਉਹਦਾ ਪ੍ਰੋਫਿਟ ਨਹੀਂ। ਕਿਸਾਨ ਜਿਵੇਂ ਹੁਣ ਮੈਂ ਆਪਣੇ ਪਿੰਡ ਦੇ ਖੇਤਰਫਲ 'ਤੇ ਗੱਲ ਕਰਾਂ, 10 ਰਾਹ ਨੇ ਆਪਣੇ ਪਿੰਡ ਦੇ, ਰਾਏਪੁਰ ਪਿੰਡ ਦੇ 10 ਰਾਹ, 10 ਪਿੰਡਾਂ ਨੂੰ ਰਾਹ ਜਾਂਦੇ ਨੇ। ਇੱਕ ਪਿੰਡ ਦੀ ਜਿਹੜੀ ਮੈਂ ਜ਼ਮੀਨ ਜੋ ਮਥਾਂ ਤਾਂ 600 ਕਿੱਲਾ ਇੱਕ ਰਾਹ 'ਤੇ ਮਥ ਲੈਂਦੇ, ਵੀ 600 ਕਿੱਲਾ ਇੱਕ ਰਾਹ 'ਤੇ ਹੈ, 6000 ਏਕੜ ਰਕਬਾ ਰਾਪਰ ਦਾ। ਚਲੋ 100-107 ਕਿੱਲੇ ਥਰਮਲ ਦੇ ਵਿੱਚ ਆ ਗਏ ਸੀ, ਕੁਛ ਟ੍ਰੇਨ 'ਚ ਲੈਣ 'ਚ ਆ ਗਏ ਸੀ, ਰੇਲਵੇ ਲਾਈਨ 'ਚ ਸਾਰਾ 125 ਕਿੱਲੇ ਘਟੇ ਹੋਣਗੇ ਮੇਰੇ ਖਿਆਲ 'ਚ 6000 ਚੋਂ, ਅਤੇ 650 ਕੁਛ ਕਿੱਲੇ ਬਣਦੇ ਆ। ਵੀ ਉੱਥੇ ਜ਼ਿਮੀਂਦਾਰ ਅਸੀਂ ਕਿਵੇਂ ਪੂਰਤੀ ਕਰ ਸਕਦੇ ਹਾਂ ਔਰ ਅਸੀਂ ਆਪਦੀ ਇਨਕਮ ਕਿਸਾਨ ਕਿਵੇਂ ਵਧਾ ਸਕਦੇ ਪਿੰਡੋ ਪਿੰਡੀ, ਮੈਂ ਆਪਦੇ ਪਿੰਡ ਦਾ ਮੈਥਡ ਇਸ ਲਈ ਦਿੰਦਾ ਵੀ ਹਰੇਕ ਪਿੰਡ 'ਤੇ ਲਾਗੂ ਹੋ ਸਕਦਾ। ਵੀ ਮਤਲਬ ਕਿ 2000 ਇਹ ਦੋ ਰਾਹਾਂ 'ਤੇ ਅਸੀਂ ਇੱਕ ਸਾਰੇ ਕਿਸਾਨਾਂ ਨੂੰ ਕਹਿੰਦੇ ਨੇ ਵੀ ਗੰਨਾ ਬੀਜ ਲਓ, ਤੁਸੀਂ ਦੋ ਰਾਹਾਂ 'ਤੇ ਸਾਰੇ ਕਿਸਾਨ ਗੰਨਾ ਬੀਜ ਲੈਣ, ਦੋ ਰਾਹਾਂ 'ਤੇ ਕਿਸਾਨ ਵਧੀਆ ਔਰਗੈਨਿਕ ਬੈੱਡ ਬੈੱਡ 'ਤੇ ਜਿਹੜੀ ਬੀਜ ਨੇ ਜਿਹੜੇ ਵਧੀਆ ਝਾੜ ਦਿੰਦੇ, ਵੀ 40-45 ਮਣ ਬੈੱਡਾਂ ਦੇ ਉੱਤੇ ਔਰਗੈਨਿਕ ਝਾੜ ਕਣਕ ਦਿੰਦੀ ਹੈ, ਦੋ ਰਾਹਾਂ 'ਤੇ ਕਣਕ ਬੀਜ ਲੈਣ, ਦੋ ਰਾਹਾਂ 'ਤੇ ਹਲਦੀ ਵਗੈਰਾ ਹੋ ਜੇ, ਮਤਲਬ ਕਿ ਗੰਨਾ ਹੋ ਜੇ ਦੋ ਤਿੰਨ ਰਾਹਾਂ 'ਤੇ, ਅਤੇ ਸਬਜ਼ੀਆਂ ਹੋ ਜਾਣ, ਉਹਨਾਂ ਦੀ ਮਾਰਕੀਟਿੰਗ ਪਿੰਡ 'ਚ ਹੀ ਹੋ ਜੂਗੀ। ਜਿਹਦੇ ਕੋਲ ਜਿਹਨੇ ਗੰਨਾ ਲਾਇਆ ਉਹਨੂੰ ਕਣਕ ਦੀ ਵੀ ਲੋੜ ਹੈ, ਉਹਨੇ ਸਬਜ਼ੀਆਂ ਦੀ ਵੀ ਲੋੜ ਹੈ, ਉਹਨੂੰ ਮਤਲਬ ਕਿ ਹਲਦੀ ਦੀ ਵੀ ਲੋੜ ਹੈ, ਉਹਨੇ ਮਿਰਚਾਂ ਵੀ ਲੈਣੀਆਂ, ਉਹਨੇ ਸਾਰਾ ਉਹਦਾ ਤਾਂ ਉਹ ਸਮਾਨ ਹੈ ਜਿਹੜਾ ਉਹ ਸਾਰੇ ਲੈਣਗੇ ਇੱਕ ਦੂਜੇ ਨਾਲ, ਇਹ ਮਾਰਕੀਟ ਪਿੰਡ 'ਚ ਹੀ ਹੋ ਜੂਗੀ ਅਤੇ ਪਿੰਡ ਦੇ ਵਧੀਆ ਉਹਨੂੰ ਭਾਅ ਮਿਲਣਗੇ। ਇਹ ਜੀ ਗੱਲ ਨਹੀਂ ਕੋਈ ਨਾ ਭਾਅ ਮਿਲਣ ਵੀ ਗੁੜ ਜਿਹੜੇ ਹੁਣ ਮਿਰਚਾਂ ਲਾਈ ਬੈਠੇ ਹੈ ਜਾਂ ਕਣਕ ਲਾਈ ਬੈਠੇ ਹੈ ਜਾਂ ਜਿਹੜੇ ਹਲਦੀ ਲਾਈ ਬੈਠੇ ਹੈ ਜਾਂ ਕੋਈ ਹੋਰ ਮਤਲਬ ਕਿ ਸਾਡੀ ਜਿਵੇਂ ਕਪਾਹ ਹੈ, ਕਪਾਹ ਦੇਸੀ ਕਪਾਹ ਹੈ, ਹੁਣ ਮਤਲਬ ਕਿ ਵਿਆਹਾਂ ਦੇ ਵਿੱਚ ਆਮ ਹੀ ਜੋ ਕੁੜੀ ਦਾ ਵਿਆਹ ਹੈ, ਚਲੋ ਮੁੰਡੇ ਦੇ ਵਿਆਹ 'ਚ ਤਾਂ ਇੰਨਾ ਨਹੀਂ ਹੁੰਦਾ, ਸਾਡੀਆਂ ਧੀਆਂ ਭੈਣਾਂ ਦੇ ਵਿਆਹ ਹੁੰਦੇ ਤਾਂ ਸਾਡੀਆਂ ਮਾਤਾਵਾਂ ਰਿਵਾਜ਼ ਹੈ, ਇਹ ਪਿਰਤ ਹੈ ਸਾਡੀ ਪਿਛਲੀ, ਵੀ ਉਹਨਾਂ ਨੂੰ ਬਿਸਤਰੇ ਦੇਣੇ ਹੁੰਦੇ ਨੇ, ਉਹਦੇ 'ਚ ਰੂੰ ਅੱਜ ਕੱਲ੍ਹ 10-10-20 ਹਜ਼ਾਰ ਦੀ ਲੋਕ ਰੂੰ ਕਪਾਹ ਦੀ ਮੁੱਲ ਲੈ ਕੇ ਆ ਰਹੇ, ਕਿਉਂਕਿ ਕਪਾਹ ਦੀ ਰੂੰ ਇੱਕ ਮੁਲਾਇਮ ਹੁੰਦੀ ਹੈ ਔਰ ਉਹਦੇ ਬਿਸਤਰੇ ਜਿਹੜੇ ਉਹਦੇ ਪਿੱਲੋ ਵਗੈਰਾ ਬਣਦੇ ਆ ਉਹ ਇੰਨੇ ਵਧੀਆ ਬਣਦੇ ਨੇ ਕਿ ਮਤਲਬ ਕਿ ਉਹਦੀ ਅੰਗਰੇਜ਼ੀ ਰੂੰ ਤਾਂ ਉਹਦੇ ਕਿਤੇ ਨੇੜੇ ਤੇੜੇ ਨਹੀਂ, ਉਹ ਜੇ ਦੋ ਰਾਹਾਂ 'ਤੇ ਕਪਾਹ ਬੀਜੀ ਹੈ ਤਾਂ ਉਹ ਪਿੰਡ 'ਚ ਹੀ ਮਾਰਕੀਟਿੰਗ ਹੋ ਜੂਗੀ ਸਪਲਾਈ। ਕਿਸਾਨਾਂ ਨੂੰ ਵੀ ਆਪਦੀ ਖੇਤੀ ਦਾ ਮਾਡਲ ਬਦਲਣਾ ਪੈਣਾ,
जे बदलणगे तां कामयाब हो जाणगे। नहीं सरकारां दा कल्ला मोदी नहीं, सारियां पार्टियां, कोई आ जाए चाहे किसी पार्टी सरकार आ जाए, वो किसान मनी कोई नहीं सोचता, उन्होंने आप दे निजी हित और उन्होंने यह होंगे। हुण तां मैं बाली गल अगे वधावां, सवाल तुसीं होर कीता, मैं होर अगा हाँ, क्योंकि मेरे आदत है भी मेरे बलबले जज्बातों को काबू नहीं रख सकता। भी हुण तां यह हो गया, जे साढ़े इत्थे पिंडां च लोग है भी एक चीज़ चो नफ़ा देखते हैं, जे किसी एक बंदे ने पीटड़ा लिया, गरीब बंदे ने वो किराया बहुत लग गया, पीटड़े ने चंगी कमाई करी, दस जट्टां ने होर पीटड़े ले लो, पीटड़े ही ले लो। हुण राजनीति एक तरह का मुनाफे बनी लोग देख लगे, राजनीति धंधा बन गई, सेवा वाला काम गया, राजनीति व्यापारक तौर पर लोग देख लगे। हरेक कहिंदा भी राजनीति च माड़ा जिहा हथ हड़का लगे भी वधिया चौखे पैसे कमावांगे, यार ये राजनीति सेवा सूबा वाला काम गया। सो जिमीदारां नूं खेती मॉडल बदलने पैने है, ज़्यादा झाड़ नाल कोई, मैं कहना किसान कदे भी अमीर नहीं हुंदा, लिख के ले लो चाहे, जे मैं कहना भी जे ऑर्गेनिक कणक साडी 25 मन निकलती है, रेट उहदा 10 क्वांटल होगी 25 मन की, रेट उहदा 5000 मिल रहा तो 50000 की होगी, तो जे साडी 25 क्वांटल कणक असी DAP यूरिया मतलब जिंकां पा के कढ़ांगे जां उहदे च कैमिकल छिड़क छिड़क के कढ़ांगे तां उह 25 क्वांटल होणगे, 25 क्वांटल दी बाहर रेट बनदी है, तो वह 2000 नूं विकी 50000 की होगा, नाले खर्चा उत्ते, मतलब कि जदों साडे कोले इन्नी क होई हुण, मतलब कि इहो जिहा परिवार नहीं, संयुक्त परिवार बहुत घट ने पिंडां च, छोटे परिवार ने जिहड़े मतलब कि जिहदे 12 तो 15 मन कणक खाण च लगदी है, खाण नूं तां घरे वी उहनूं उन्नी क पूर्ती होजू, अद्धे किले की कणक उहनूं वाधू है ऑर्गेनिक, जे उह दूजी है जिहड़ी उहदे कोले, उह शहरां दे विच जदों सप्लाई इन्नी, मतलब कि माल की सप्लाई इन्नी घट गई, दिल्ली, बंबई, कलकत्ते, नागपुर वर्गे एडे वे शहर ने, जो उत्थे लोड़ पै गई ना चीज़ें की, पूरी नहीं होया अनाज, तो रेट तो आसमानी छू जाएंगे। सो किसानों को गौर भी करनी चाहिए, सरकार तो सारिया किसानों को मार की राजी है। एक जिमें आप देखते हैं कि मोदी सरकार वालों दावा किया जा रहा कि बंगाल के भी इस बार उन्होंने जित होगी, उन्होंने तुम किमें देखते हो कि हालात होंगे बंगाल के चोणों मोदी सरकार? देखो जी बंगाल दे, वो तो बंगाल दे लोगों मतलब कि पता भी ममता बनर्जी उत्थे काफ़ी टाइम दी है भी, जो सही रही तो जितूगी भी, जा फिर मोदी ने उत्थे कोई नवा तीर छड्या होगा, तो जा फिर EVM के भरोसे कह रहा होगा, फिर गल्लां तो यही ने, होर बंगाल च कोई नवा मार्ग तो मारे नहीं, देश तो सारा हाए मोदी कर रहा, जिहड़ा पहला कहिंदे सी भी दूजे लोट कहिंदे सी हाए मोदी, हुण दूजे लोग कहिंदे, मैनूं नहीं लगता भी बंगाल दे विच कोई भी मतलब कि होगा, मोदी आपदे बलबूते ते कह रहा होगा EVM ते भरोसा होना उहनूं, या जिवें हुण पंजाब दे विच भी कह रहे ने कि अगे उहनां दी सरकार आऊगी, तो तुहानूं की लगता है कि उहनां दी की स्थिति होगी आने वाली चोणां? सरकार पंजाब च तां मतलब कि ऐ तां कहिंदी हुंदा है, राजनीतिक लीडर जिहड़े हुंदे ने, नेता हुंदे ने, उह चाहे उहनां नूं पता भी आपां हारांगे, देखो पंजाब दे विच किन्नियां पार्टियां खड़ियां हुंदियां इलैक्शन लड़दियां, लोक सभा दे होण चाहे मतलब कि विधानसभा दे होण, वह लड़दियां, वह जदों तुसीं किसे भी लीडर नूं पुछोगे, किसी कैंडीडेट नूं जां उस पार्टी दे जिहड़ा मुख उह हुंदे ने मतलब कि उन्होंने पुछोंगे मुखिया नूं, तां वह कहणगे साडी पार्टी सरकार साडी आ रही, साडे बंदे सारे जित रहे हैं, हारन तां कोई कहिंदे नहीं, मैं हारूंगा, तो वह कह रहे हैं चलो मुबारक उन्होंने, जो वो जद्दे ने वधिया गल सोहणे चंगे काम करे, नहीं लगता नहीं भी उन्होंने जिहड़े हिसाब नाल काम है, जूत बहुत फिरना उन्होंने, लोग जूत फिरनगे। एक जिवें हुण चोणां दे विच राकेश टकैत हो गया जां होर किसान आगू बंगाल दे विच चोणां हो रही उत्थे कह रहे ने, पंजाब दे विच सारे समाजिक महापंचायत हो रही ने, तां उहदे नाल की पूरा प्रभाव पऊगा ਜਿਹੜੇ ਆਪਣੇ ਵੋਟਰਾਂ ਦੇ ਕੀ ਪ੍ਰਭਾਵ ਪਊਗਾ? ਦੇਖੋ ਜੀ ਮਤਲਬ ਕਿ ਜਿਹੜੇ ਕਿਸਾਨ ਨੇ, ਦੇਖੋ ਇਹ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਕੋਈ, ਮਤਲਬ ਕਿ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਜਾਂ ਲੋਕ ਉੱਥੇ ਦਿੱਲੀ ਬੈਠੇ ਨੇ ਜਾਂ ਸਾਡੇ ਕਿਸਾਨ ਆਗੂ ਪਹਿਲਾਂ ਪੰਜਾਬ ਦੇ ਵਿੱਚ 2-3 ਮਹੀਨੇ ਲਗਾਤਾਰ ਇੱਥੇ ਬੈਠੇ ਰਹੇ, ਇਹ ਕੋਈ ਇਹ ਤਾਂ ਹੈ ਨਹੀਂ ਵੀ ਬੁੱਕਲ 'ਚ ਗੁੜ ਭੰਨਣ ਵਾਲਾ ਕੰਮ ਤਾਂ ਹੈ ਨਹੀਂ, ਉਹ ਬੰਗਾਲ 'ਚ ਕੀ ਇਹ ਤਾਂ ਆਲ ਵਰਲਡ ਦੇ ਉੱਤੇ ਫੈਲੀ ਹੋਈ ਗੱਲ ਹੈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੱਥੇ ਗੱਲ ਕੀਤੀ ਉਹ ਇੰਗਲੈਂਡ ਕਨੇਡਾ ਤੱਕ ਇੱਕ ਮਿੰਟ 'ਚ ਵਗ ਜਾਣਾ ਉਹਨੇ, ਇਹ ਤਾਂ ਜਾ ਚੁੱਕ ਬੰਗਾਲ ਦੇ ਲੋਕ, ਮੈਨੂੰ ਨਹੀਂ ਲੱਗਦਾ ਵੀ ਬੰਗਾਲ ਦੇ ਵਿੱਚ ਵੀ ਮੋਦੀ ਜਿੱਤੂ ਆ, ਸਾਡੇ ਲੀਡਰ ਜਿਹੜੇ ਉੱਥੇ ਬੋਲ ਰਹੇ ਆ ਰੋਜ਼ ਸੁਣਦੇ ਆ, ਬਹੁਤ ਉਹਨਾਂ ਨੂੰ ਮਤਲਬ ਕਿ ਵਧੀਆ ਹੰਗਾਰਾ ਮਿਲ ਰਿਹਾ ਉੱਥੇ, ਲੋਕ ਉਹਨਾਂ ਨੂੰ ਆਓ ਭਗਤ ਵੀ ਕਰ ਰਹੇ ਆ, ਔਰ ਲੋਕ ਉਹਨਾਂ ਦੇ ਵੱਧ ਚੜ੍ਹ ਕੇ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ, ਕਿਸਾਨ ਮਤਲਬ ਗੋਸ਼ਟੀ ਕੈਂਪ ਉੱਥੇ ਲਾਏ ਜਾ ਰਹੇ ਵੀ ਕਿਸਾਨਾਂ ਨਾਲ ਮਿਲਵਰਤਨ ਦੇ ਤੌਰ 'ਤੇ, ਬੜਾ ਇਕੱਠ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ 'ਤੇ, ਦੇਖਦੇ ਹਾਂ ਵੀ ਬਹੁਤ ਵੱਡਾ ਇਕੱਠ ਹੁੰਦਾ। ਵਾਢੀ ਦੀ ਰੁੱਤ ਆ ਰਹੀ ਹੈ, ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਕੀ ਪ੍ਰਬੰਧ ਹੋਊਗਾ ਜਾਂ ਜਿਵੇਂ ਕਮੇਟੀਆਂ ਬਣੀਆਂ ਨੇ ਜਿਹੜੇ ਉੱਥੇ ਮੋਰਚੇ ਦੇ ਵਿੱਚ ਬੈਠੇ ਆ, ਉਹਨਾਂ ਦੀ ਕਿਵੇਂ ਸਹਾਇਤਾ ਹੋਊਗੀ ਜਾਂ ਪਿੰਡਾਂ ਦੇ ਵਿੱਚ ਕੀ ਸਿਸਟਮ ਬਣਾਇਆ ਜਾਊਗਾ ਜਿਹਦੇ ਨਾਲ ਵੀ ਉਹਨਾਂ ਨੂੰ ਉੱਥੋਂ ਨਾ ਆਉਣਾ ਪਵੇ? ਦੇਖੋ ਜੀ ਉਹ ਤਾਂ ਵੰਡ ਕੇ ਕਿਸਾਨ ਆ ਜਿਹੜੇ ਉੱਥੇ ਬੈਠਣਗੇ, ਜਿਹੜੇ ਜਾਂਦੇ ਕਿਸਾਨ, ਵੀ ਇਹ ਨਾ ਹੋਵੇ, ਇਹ ਵੀ ਨਾ ਹੋਵੇ ਵੀ ਉਹ ਵਿਚਾਰੇ ਉੱਥੇ ਬੈਠੇ ਨਾਲ ਤਾਂ ਉਹਨਾਂ ਦਾ ਕੰਮ ਇੱਥੇ ਰੁਲੇ। ਜਿਹੜੇ ਕਿਸਾਨ ਉੱਥੇ ਜਾਣਗੇ ਮੋਰਚੇ, ਦਿੱਲੀ ਮੋਰਚੇ 'ਚ ਬੈਠਣਗੇ, ਉਹਨਾਂ ਦਾ ਪਿੰਡ ਦੇ ਪੱਧਰ 'ਤੇ ਪਿੰਡ ਦੇ ਕਿਸਾਨ ਜਿਹੜੇ ਉਹਨਾਂ ਦਾ ਕੰਮ, ਆਪਦੇ ਕੰਮ ਨੂੰ ਛੱਡ ਕੇ ਪਹਿਲਾਂ ਉਹਨਾਂ ਦਾ ਕੰਮ ਕਰਨਗੇ ਤਾਂ ਜੋ ਕਿ ਉਹਨਾਂ ਦਾ ਕੰਮ ਇੱਥੇ ਰੁਲੇ ਨਾ। ਔਰ ਜਿਹੜੇ ਕਿਸਾਨ ਉੱਥੇ ਬੈਠਣਗੇ, ਉਦੋਂ ਬਾਅਦ
ਪਿੰਡਾਂ ਦੇ ਵਿੱਚੋਂ ਕਮੇਟੀਆਂ ਰਾਹੀਂ ਜਿਹੜੇ ਬੰਦੇ ਡਿਊਟੀਆਂ ਲੱਗਣੀਆਂ 5 ਜਾਂ 7 ਬੰਦੇ ਜਾਂ 10 ਬੰਦੇ ਜਿਵੇਂ ਵੀ ਜਾਣਗੇ ਵਾਰਡਾਂ ਰਾਹੀਂ ਜਾਣ ਚਾਹੇ ਉਹ ਅੱਡੋ ਅੱਡ ਪੱਤੀਆਂ ਬੰਨੀਆਂ ਜਾਣ ਜਿਵੇਂ ਵੀ ਜਾਣਗੇ ਤਾਂ ਉਵੇਂ ਜਾ ਕੇ ਉੱਥੇ ਇਹ ਨਾ ਹੋਵੇ ਵੀ ਉੱਥੇ ਮਤਲਬ ਕਿ ਇਕੱਠ ਘਟੇ ਅਤੇ ਸਰਕਾਰ ਨੂੰ ਇਹ ਮੈਸੇਜ ਜਾਵੇ ਵੀ ਲੋਕ ਤਾਂ ਜੀ ਬਾਗੇ ਕੰਮ ਧੰਦੇ ਦੀ ਰੁੱਤ ਹੈ ਉਵੇਂ ਹੀ ਰਹੇ ਅਤੇ ਇੱਥੋਂ ਵਾਲਾ ਕੰਮ ਉਹਨਾਂ ਦਾ ਜਿਹੜਾ ਥੁੜਦਾ ਕੰਮ ਹੋਊਗਾ ਉਹ ਇੱਥੇ ਸੰਭਾਲਣਗੇ ਜਿਹੜੇ ਪਿੰਡ ਦੇ ਕਿਸਾਨ ਹੋਣਗੇ ਜਾਂ ਮਤਲਬ ਕਿ ਪਿੰਡ ਦੇ ਆਗੂ ਹੋਣਗੇ ਡਿਊਟੀਆਂ ਲਾਉਣਗੇ ਮੁੰਡਿਆਂ ਨੂੰ ਭਾਈ ਅੱਜ ਫਲਾਣੇ ਦਾ ਆਹ ਕੰਮ ਨਿਬੇੜਨਾ ਅਤੇ ਇੱਕ ਦਿਨ 'ਚ ਹੀ ਜਿੱਥੇ ਇੱਕ ਬੰਦਾ ਆਪਦਾ ਇੱਕ ਦਿਨ 'ਚ ਕੰਮ ਕਰੂ 10 ਦਿਨਾਂ 'ਚ ਕੰਮ ਕਰੂਗਾ ਉਹਦਾ ਘੰਟੇ 'ਚ ਕੰਮ ਕਰਜਿਆ ਕਰਨਗੇ ਪਿੰਡ ਵਾਲੇ ਮੁੰਡੇ ਆ ਕੇ ਜਾਂ ਇਸ ਤਰ੍ਹਾਂ ਇਹ ਕੰਮ ਕਰਕੇ ਉਹ ਮੋਰਚੇ ਨੂੰ ਫੇਲ ਨਹੀਂ ਹੋਵੇਗਾ। ਸੋ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਅੱਜ ਅਸੀਂ ਗੱਲਬਾਤ ਕੀਤੀ ਗਗਨਦੀਪ ਸਿੰਘ ਜੀ ਦੇ ਨਾਲ ਜਿਹੜਾ ਕਿਸਾਨੀ ਮੋਰਚੇ ਦੇ ਸੰਬੰਧ ਵਿੱਚ, ਇੱਕ ਇਹਨਾਂ ਦੇ ਬਾਰੇ ਹੋਰ ਵੀ ਅਸੀਂ ਗੱਲ ਦੱਸਦੇ ਹਾਂ। ਇਹ ਜਿਹੜੀ ਖੇਤੀ ਕਰਦੇ ਔਰਗੈਨਿਕ ਖੇਤੀ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਇਸ ਵਿਸ਼ੇ 'ਤੇ ਵੀ ਆਪਾਂ ਇੱਕ ਦਿਨ ਸਪੈਸ਼ਲ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਹੁਣ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।